ਜਦੋਂ ਜਿਹੜੀਆਂ ਕੌਮ ਜੰਗ ਚ ਹੁੰਦੀਆਂ ਨੇ ਅਨਹਿਲਾਨੀਆਂ ਜੰਗ ਟੋਟਲ ਵਾਰ ਜੋ ਸਾਡੇ ਤੇ ਵਿੱਡੀ ਹੋਈ ਹੈ ਇਸ ਲਈ ਅਸੀਂ ਹਰ ਘਟਨਾ ਨੂੰ ਇਨ ਆਈਸੋਲੇਸ਼ਨ ਨਹੀਂ ਦੇਖ ਸਕਦੇ ਤੁਹਾਨੂੰ ਉਹਨੂੰ ਦੇਖਣਾ ਵਾ ਜਿਉਂ ਹੀ ਭਾਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਜਾਂਦਾ ਹੈ ਪੰਜਾਬ ਦੇ ਵਿੱਚ ਇੱਕ ਸਵਾਲ ਡਿਬੇਟ ਕਿ ਭਾਈ ਇਹ ਸਾਰੇ ਇਹਨੇ 10 ਬੰਦੇ ਤੁਸੀਂ ਐਨਐਸਏ ਲਾਇਆ ਹਜ਼ਾਰ ਦੇ ਕਰੀਬ ਨੌਜਵਾਨਾਂ ਦੇ ਘਰਾਂ 'ਚ ਛਾਪੇ ਬੀਬੀਆਂ ਦੂਜੇ ਜੋ ਇਹੋ ਚੱਲ ਰਿਹਾ ਸੀ ਇਹ ਘਟਨਾ ਫੌਰਨ ਆ ਜਾਂਦੀ ਹੈ ਇਹ ਏਜੰਸੀਆਂ ਦੀ ਸਾਜ਼ਿਸ਼ ਹੈ ਜਿਹੜੀਆਂ ਇਹ ਬੇਅਦਬੀਆਂ ਹੋ ਰਹੀਆਂ ਨੇ ਇਹ ਗੱਲ ਨੈਰੇਟਿਵ ਦੇ ਤੌਰ ਤੇ ਜ਼ਰੂਰ ਹੈਗੀ ਆ ਪਰ ਜਦੋਂ ਅਸੀਂ ਉਹਨੂੰ ਕੋਈ ਪ੍ਰੂਵ ਕਰਨ ਦੀ ਗੱਲ ਜਾਂ ਕੋਈ ਫੈਕਚੁਅਲ ਗੱਲ ਜਾਂ ਕੋਈ ਲੀਗਲ ਪ੍ਰੋਸੀਡਿੰਗ ਰਾਹੀਂ ਕੋਈ ਗੱਲ ਸਾਹਮਣੇ ਆਈ ਹੋਵੇ ਉਹ ਨਹੀਂ ਕਿਤੇ ਨਜ਼ਰ ਆਉਂਦੀ ਹੈਗੀ ਜਿਹੜਾ ਰਿਐਕਸ਼ਨ ਕੱਲਾ ਦੁਨੀਆਂ ਭਰ ਦੇ ਵਿੱਚ ਤਾਂ ਸੀ ਜੋ ਲੋਕਲ ਜਿਸ ਅੰਦਾਜ਼ ਦੇ ਵਿੱਚ ਈਵਨ ਹਿੰਦੂ ਵੀ ਜਿਹੜੇ ਉਸ ਇਲਾਕੇ ਦੇ ਰਹੇ ਉਹ ਆ ਕੇ ਨਿਕਲੇ ਉਹਨਾਂ ਨੇ ਕਿ ਧਰਨਾ ਦਿੱਤਾ ਚਾਰ ਚਫੇਰੇ ਇਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਗਿਆ ਕੌਮ ਦਾ ਮਤਲਬ ਇਹ ਵੀ ਇਹਦੇ ਤੇ ਕਹਿਣਾ ਆ ਜਦੋਂ ਅਸੀਂ ਇੱਕ ਵੱਡੇ ਹਿੱਸੇ ਦਾ ਵੱਡੇ ਤਬਕੇ ਦਾ ਦੇਖਦੇ ਹਾਂ ਕਿ ਜੀ ਠੀਕ ਹੈ ਇਹ ਰੱਬ ਨੇ ਇਨਸਾਫ ਕਰ ਦਿੱਤਾ ਆ ਤੇ ਇਹੀ ਇਹਦਾ ਇੱਕ ਇਵੈਂਚੁਅਲੀ ਸੋਲੂਸ਼ਨ ਆ ਦੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਰਿਮਾਂਡ ਦੇ ਵਿੱਚ ਪੁਲਿਸ ਕੋਈ ਉਹਦੇ ਤੋਂ ਗਲਵਾ ਸਕੀ ਕੁਛ ਸੀ ਕਿ ਵੀ ਉਹਦੇ ਉਹਨੇ ਕਿਹਦੇ ਕਹਿਣ ਤੇ ਕੀਤਾ ਜੀ ਲੇਕਿਨ ਫੌਰਨ ਅਸੀਂ ਜਦੋਂ ਇਹ ਖਬਰ ਦੇਖਦੇ ਆਂ ਜੀ ਉਹਨਾਂ ਨੂੰ ਸਾਹ ਦੀ ਤਕਲੀਫ ਹੋਣ ਦਾ ਸ਼ਿਕਾਇਤ ਕੀਤੀ ਔਰ ਮਾਨਸਾ ਹਸਪਤਾਲ ਚ ਉਹਨੂੰ ਭੇਜਿਆ ਗਿਆ ਉੱਥੇ ਡੈਥ ਹੋ ਗਈ ਜੇ ਕੋਈ ਬੰਦਾ ਇਸ ਕਿਸਮ ਦਾ ਹੱਥ ਆਉਂਦਾ ਵੀ ਹੈ ਕੋਈ ਕਸਟਡੀ ਚ ਕਿਸੇ ਦੀ ਡੈਥ ਹੋ ਗਈ ਕਿਸੇ ਦੀ ਬਾਅਦ ਚ ਹੋ ਗਈ ਕਿਸੇ ਦਾ ਹੋਰ ਕੋਈ ਖੱਬੇ ਸੱਜੇ ਹੋ ਗਿਆ ਜਾਂ ਕਿਸੇ ਨੂੰ ਬਿਲਕੁਲ ਹੀ ਉਹ ਵੀ ਉਹ ਮੈਂਟਲ ਟਰੋਮਾ ਦੇ ਵਿੱਚ ਸੀ ਜਾਂ ਉਹਨੂੰ ਪਾਗਲ ਡਿਕਲੇਅਰ ਕਰਕੇ ਉਹ ਖੱਬੇ ਸੱਜੇ ਕਰ ਦਿੱਤਾ ਉਹ ਗੱਲ ਮਤਲਬ ਕਿਤੇ ਐਂਡ ਦੇ ਉੱਤੇ ਪਹੁੰਚਦੀ ਨਹੀਂ ਹੈਗੀ ਦਰਬਾਰ ਸਾਹਿਬ ਜਿਹੜਾ ਬੰਦਾ ਰੇਲਿੰਗ ਟੱਪ ਕੇ ਅੰਦਰ ਆ ਗਿਆ ਬੇਅਦਵੀ ਦਾ ਰੋਖ ਲਈ ਜਿਹੜੇ ਚੁੱਕਨੇ ਸੇਵਾਦਾਰ ਸੀ ਉਸਨੇ ਜਿਹੜਾ ਸਜ਼ਾ ਵੀ ਦੇ ਦਿੱਤੀ ਮੌਕੇ ਦੇ ਉੱਤੇ ਸੰਤਾਂ ਨੇ ਲੇਕਨ ਤੁਸੀਂ ਦੇਖੋ ਵੀ ਇੱਕ ਚੰਗਾ ਭੱਲਾ ਬੰਦਾ ਉਹਦੀ ਫੋਟੋ ਜਾਂ ਉਸ ਨੂੰ ਕੀ ਉਹਦੀ ਕਦੇ ਆਈਡੈਂਟੀਟੀ ਪਤਾ ਨਹੀਂ ਲੱਗੀ ਵੀ ਕੌਣ ਸੀ ਕਿੱਥੋਂ ਆਇਆ ਕਿਨੇ ਭੇਜਿਆ ਔਰ ਜਿਹੜਾ ਉਹਦਾ ਐਕਸ਼ਨ ਆ ਉਹ ਦੱਸਦਾ ਹੈ ਕਿ ਭਾਈ ਇਹੋ ਜੇ ਕੰਮ ਤਾਂ ਚੰਗੇ ਭੱਲੇ ਬੰਦਾ ਤਾਂ ਵੈਸੇ ਹੀ ਨਹੀਂ ਕੋਈ ਚੀਜ਼ ਕਰਾਸ ਹੁੰਦੀ ਵੀ ਇਹ ਟੋਟਲ ਜਿਵੇਂ ਕਮਾਂਡੋ ਟਾਈਪ ਟ੍ਰੇਨਿੰਗ ਹੁੰਦੇ ਉਹ ਕਿਸੇ ਦਿਲੇ ਲਈ ਵੀ ਰਿਕਰੂਟ ਹੋ ਸਕਦੇ ਨੇ ਅਮਰੀਕਾ ਜਿਹੜੀਆਂ ਏਜੰਸੀਆਂ ਰਿਕਰੂਟ ਕਰਦੀਆਂ ਨੇ ਖੁਫੀਆ ਏਜੰਸੀਆਂ ਉਹ ਦੇਖਦੇ ਆ ਨੇ ਇਸ ਕਿਸਮ ਦੇ ਪਾਰਟ ਨੂੰ ਸੋ ਇਹ ਹਮੇਸ਼ਾ ਹੀ ਮੇਰਾ ਖਿਆਲ ਹੈ ਵੀ ਉਹਦੇ ਮਰਨ ਦੇ ਨਾਲ ਜਿਹੜੀ ਹੈ ਸਾਰਾ ਕੇਸ ਫਾਈਲ ক্লোਜ਼ਡ ਕੇਸ ক্লোਜ਼ਡ ਇੱਕ ਇਨਸਟੈਂਟ ਅੱਜ ਦੀ ਜਿਹੜੀ ਲੇਟੈਸਟ ਖਬਰ ਹੈ ਉਹਦੇ ਤੇ ਮੈਂ ਤੁਹਾਡੇ ਵਿਚਾਰ ਜ਼ਰੂਰ ਜਾਣਨੇ ਚਾਹੂੰਗਾ ਜਦੋਂ ਅਸੀਂ 2015 ਦਾ ਸਰਬੱਤ ਖਾਲਸਾ ਨਿਕਲਦਾ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚੋਂ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਘਟਨਾਵਾਂ ਨੇ ਉਹ ਨਿਰੰਤਰ ਜਾਰੀ ਨੇ ਉਸ ਜੀਪੀਸੀ ਹੋਵੇ ਸਾਡੀਆਂ ਸੰਸਥਾਵਾਂ ਹੋਣ ਆਰਗੇਨਾਈਜੇਸ਼ਨਸ ਹੋਣ ਜਾਂ ਡਾਇਸਪੋਰਾ ਸਿਕ ਹੋਵੇ ਸਾਰਿਆਂ ਦਾ ਇਹ ਇੱਕ ਟਾਰਗੇਟ ਜਾਂ ਇਹ ਇੱਕ ਮੰਨਣਾ ਆ ਜਿਹੜਾ ਕਿ ਐਵੀਡੈਂਟ ਵੀ ਹੈ ਕਿਸੇ ਹੱਦ ਤੱਕ ਕਿ ਇਹਦੇ ਵਿੱਚ ਉਹਦਾ ਇੱਕ ਵੱਡਾ ਰੀਜ਼ਨ ਇਹ ਵੀ ਹੈ ਵੀ ਜਦੋਂ ਅਸੀਂ ਦੇਖਦੇ ਹਾਂ ਭਾਰਤ ਦੇ ਵਿੱਚ ਸਾਰਾ ਜਿਹੜਾ ਸਿਸਟਮ ਹੈ ਜੁਡੀਸ਼ਰੀ ਦਾ ਹੋਵੇ ਜਾਂ ਅਦਰਵਾਈਜ਼ ਅਸੀਂ ਸਾਰਾ ਦੇਖਦੇ ਆ ਉਹ ਹਕੂਮਤ ਦੇ ਥੱਲੇ ਆ ਜਿਵੇਂ ਉਹ ਚਾਹੁੰਦੇ ਆ ਉਸ ਹਿਸਾਬ ਦੇ ਹੀ ਕੇਸ ਅਦਾਲਤਾਂ ਚ ਜਾਂਦੇ ਨੇ ਉਸ ਹਿਸਾਬ ਦੇ ਹੀ ਫੈਸਲੇ ਅਦਾਲਤਾਂ ਦੇ ਵਿੱਚੋਂ ਫਿਰ ਬਾਹਰ ਨਿਕਲ ਕੇ ਆਉਂਦੇ ਨੇ ਜੀ ਤਾਂ ਹੁਣ ਜਿਹੜੀ ਲੇਟੈਸਟ ਸਾਡੇ ਸਾਹਮਣੇ ਆ ਜਸਵੀਰ ਸਿੰਘ ਜੱਸੀ ਜਿਨ੍ਹਾਂ ਨੇ ਮੁਰੰਡੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਬੇਦਬੀ ਕੀਤੀ ਤੇ ਬੇਦਬੀ ਤੋਂ ਬਾਅਦ ਜਿਸ ਹਿਸਾਬ ਨਾਲ ਕੌਮ ਨੇ ਰਿਐਕਟ ਕੀਤਾ ਉੱਥੇ ਵੀ ਜਿਵੇਂ ਉਹਨਾਂ ਨੂੰ ਮਾਰਕਟਾਈ ਦੀ ਗੱਲ ਸਾਹਮਣੇ ਆਉਂਦੀ ਹੈ ਜਾਂ ਹੋਰ ਹੈ ਤੇ ਹੁਣ ਇਹ ਗੱਲ ਆਈ ਹੈ ਵੀ ਉਹਨਾਂ ਦਾ ਮਾਨਸੇ ਦੇ ਹਸਪੀਟਲ ਦੇ ਵਿੱਚ ਜਿਹੜਾ ਆ ਉਹ ਡੈਥ ਹੋ ਗਈ ਹੈ ਉਹਨਾਂ ਦੀ ਤੇ ਜਿਸ ਕਿਸਮ ਦੀਆਂ ਉਹਨਾਂ ਦੇ ਇੰਜਰੀਜ਼ ਸੀਗੀਆਂ ਇੰਟਰਨਲ ਜਾਂ ਐਕਸਟਰਨਲ ਉਹ ਉਹਨਾਂ ਦਾ ਕਾਰਨ ਬਣਿਆ ਸੋ ਹੁਣ ਇੱਕ ਪਾਸੇ ਤੇ ਇਹ ਆ ਜੇ ਅਸੀਂ ਇਸ ਪਾਸੇ ਨੂੰ ਜਾਂ ਇਹ ਅੰਜਾਮ ਨਾ ਹੋਵੇ ਤੇ ਇਹ ਜਿਹੜੀਆਂ ਘਟਨਾਵਾਂ ਨੇ ਹੋ ਰੁਕਣਗੀਆਂ ਨਹੀਂ ਪਰ ਦੂਜੇ ਪਾਸੇ ਮਤਲਬ ਇਹ ਵੀ ਇੱਕ ਕਿਤੇ ਨਾ ਕਿਤੇ ਮੰਨ ਦੇ ਵਿੱਚ ਸਵਾਲ ਉੱਠਦਾ ਵੀ ਜਿਹੜੀਆਂ ਇਹ ਘਟਨਾਵਾਂ ਨੇ ਹੋ ਰਹੀਆਂ ਨੇ ਅਸੀਂ ਕਹਿਣ ਨੂੰ ਜਾਂ ਨੈਰੇਟਿਵ ਸੇਕ ਅਸੀਂ ਇਹ ਜ਼ਰੂਰ ਦਾਵਾ ਹੁੰਦਾ ਕੌਮ ਦਾ ਕਿ ਏਜੰਸੀਆਂ ਇਹਦੇ ਪਿੱਛੇ ਨੇ ਪਰ ਉਹਦਾ ਕੋਈ ਪ੍ਰੂਫ ਜਾਂ ਕੋਈ ਉਹਦਾ ਕੋਈ ਗਵਾਹ ਜਾਂ ਕੋਈ ਹੋਰ ਉਹ ਕਿਤੇ ਨਾ ਕਿਤੇ ਮਤਲਬ ਸੋ ਅੱਜ ਦੀ ਘਟਨਾ ਨੂੰ ਇਸ ਸਾਰੇ ਸੰਦਰਭ ਦੇ ਵਿੱਚ ਕਿਵੇਂ ਦੇਖਦੇ ਹਾਂ ਅ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਿਵੇਂ ਤੁਸੀਂ ਕਿਹਾ ਵੀ April ਦਾ ਮਹੀਨਾ ਬੀਤੇ ਪਰ ਇਸ ਗੱਲ ਦਾ ਧਿਆਨ ਰਹਿ ਕੇ ਅਜੇ ਵੀ ਖਾਲਸਾ ਸਾਜਨਾ ਦਿਵਸ ਔਰ ਖਾਰਿਸਤਾਨ ਐਲਾਨ ਦਿਵਸ ਨੂੰ ਸਮਰਪਿਤ ਜਿਹੜੀਆਂ ਪੈਰੇਡਸ ਨੇ ਉਹਨਾਂ ਦਾ ਸਿਲਸਲਾ ਜਾਰੀ ਹੈ ਜਿਵੇਂ ਕਿ 20 ਤਰੀਕ ਨੂੰ ਕਾਰਟ ਰੇਟ ਦੇ ਵਿੱਚ ਜਿੱਥੇ ਕਿ ਜਿਹੜਾ ਨਿਸ਼ਾਨ ਸਾਹਿਬ ਨਾਲ ਚੁਲਾਇਆ ਜਾਂਦਾ ਹੈ ਉਹਨਾਂ ਦੇ ਸਿਟੀ ਸੈਂਟਰ ਦੇ ਬਾਹਰ ਫਿਰ ਉੱਥੋਂ ਪੈਰੇਡ ਮਾਰਚ ਕਰਕੇ ਵੱਡੇ ਪਾਰਕ ਚ ਆਉਂਦੀ ਹੈ ਉਹਨਾਂ ਦਾ 20 ਤਰੀਕ ਦਾ ਹੈ ਇਸੇ ਤਰ੍ਹਾਂ 27 ਤਰੀਕ ਨੂੰ ਸਿਆਟਲ ਜਿੱਥੇ ਵਾਸ਼ਿੰਗਟਨ ਸਟੇਟ ਦੇ ਵਿੱਚ ਹੁਣ ਬਹੁਤ ਵੱਡੀ ਸਿੱਖ ਪੋਪੂਲੇਸ਼ਨ ਹੈ 27 ਤਰੀਕ ਦੀ ਪੈਰੇਡ ਸਿਆਟਲ ਦੀ ਜਿਹੜੀ ਖਾਲਸਾਣ ਡੇ ਪੈਰੇਡ ਵਾਂਗ ਹੀ ਹੁੰਦੀ ਹੈ ਉਹ ਵੀ ਆ ਜਿਹੜੀ ਹੈ ਪਲਾਨ ਕੀਤੀ ਹੋਈ ਹੈ ਸੋ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਬਿਗਨਿੰਗ 'ਚ ਅੱਜ ਮੇਨ ਪੰਥਕ ਹਲਕਿਆਂ 'ਚ ਜਿਹੜੀ ਖਬਰ ਗਰਦਸ਼ ਕਰ ਰਹੀ ਹੈ ਮੀਡੀਆ ਦੇ ਵਿੱਚ ਤਾਂ ਜਿੰਨੀ ਇੱਕ ਬਰੀਫਿੰਗ ਆਈ ਉਹ ਇਹੀ ਹੈ ਕਿ ਜਸਵੀਰ ਸਿੰਘ ਜਿਹੜਾ ਜਿਸ ਨੇ ਗੁਰਦੁਆਰਾ ਕਤਵਾਲੀ ਸਾਹਿਬ ਜਿਹੜਾ ਹਿਸਟੋਰੀਕਲ ਗੁਰਦੁਆਰਾ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ guzari ਸੀ ਜਦੋਂ ਕਿ ਗੰਗੂ ਵਾਹਮਣ ਨੇ ਲਾਲਚ ਵਿੱਚ ਆ ਕੇ ਜਿਹੜਾ ਉਹ ਉਹਨਾਂ ਨੂੰ ਉੱਥੇ ਮੁਰਿੰਡੇ ਦੇ ਜਿਹੜਾ ਪੁਲਿਸ ਚੀਫ ਸੀ ਉਹਦੇ ਹਵਾਲੇ ਕੀਤਾ ਜੀ ਔਰ ਉਹ ਕਾਫੀ ਦੇਰ ਕਾਫੀ ਸਟਰਗਲ ਤੋਂ ਬਾਅਦ ਕਾਫੀ ਦੇਰ ਤੱਕ ਕਤਵਾਲੀ ਰਹੀ ਕਿਉਂਕਿ ਮੁਗਲਾਂ ਦੇ ਪੀਰੀਅਡਸ ਵੀ ਉਹ ਕਤਵਾਲੀ ਸੀ ਲੇਕਿਨ ਬਾਅਦ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਸਿੱਖਾਂ ਦੀ ਮੰਗ ਨੂੰ ਐਕਸੀਡ ਕਰਕੇ ਉਹ ਸਿੱਖਾਂ ਦੇ ਹਵਾਲੇ ਕੀਤਾ ਉਸ ਕਤਵਾਲੀ ਨੂੰ ਔਰ ਉੱਥੇ ਲਗਾਤਾਰ ਮਹਾਰਾjda ਇਹੀ ਨਹੀਂ ਵੀ ਗੁਰਦੁਆਰਾ ਸਾਹਿਬ ਹੈ ਪਰ ਉੱਥੇ ਜਿਵੇਂ ਮੈਂ ਅੱਜ ਹੀ ਡੀਟੇਲ ਦੇਖ ਰਿਆ ਸੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਖੰਡ ਪਾਤਸ਼ਾਹਬ ਰਾਉਂਡ ਦਾ ਇਅਰ ਸਾਰਾ ਸਾਲ ਹੀ ਚੱਲਦੇ ਰਹਿੰਦੇ ਨੇ ਕਿਉਂਕਿ ਅਕਸਰ ਜਦੋਂ ਅਸੀਂ ਸ਼ਰਦਾ ਦਾ ਪੱਖ ਦੇਖਦੇ ਆਂ ਤੇ ਸ਼ਹੀਦਾ ਨਾਲ ਜੁੜੇ ਹੋਏ ਜਿਹੜੇ ਵੀ ਮੁਕਾਮ ਨੇ ਉਹਨਾਂ ਦੇ ਉੱਤੇ ਲੋਕਾਂ ਦੀ ਹੋਰ ਵੀ ਆਸਥਾ ਗੁਰੂ ਦੇ ਉੱਤੇ ਤਾਂ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਨੇ ਉੱਥੇ ਉਹਨਾਂ ਦਾ ਹੈ ਲੇਕਿਨ ਇਹ ਇੱਕ ਜ਼ਰੂਰੀ ਤੌਰ ਦੇ ਉੱਤੇ ਜਿਵੇਂ ਪਿਛਲੇ ਕੱਲ੍ਹ ਕੋਈ ਜ਼ਕਰ ਚੱਲਿਆ ਕਿਤੇ ਕਿ ਭਾਈ ਜਿਹੜੇ ਇਕਤਾ ਸਿੱਖੀ ਸਰੂਪ ਵਾਲੇ ਨੌਜਵਾਨ ਜਿਹੜੇ ਨੇ ਉਹ ਜੋ ਕਰਦੇ ਨੇ ਕਾਰਗੁਜ਼ਾਰੀ ਉਹ ਪੰਥ ਦਾ ਮਾਣ ਹੈ ਫਿਰ ਗੱਲ ਹੋਈ ਜੀ ਜਿਹੜੇ ਮੋਨੇ ਨੇ ਤੇ ਇੱਕ ਨੇ ਅੱਗੋਂ ਕਿਹਾ ਉਹਨਾਂ ਨੇ ਕਿਹਾ ਜੀ ਇਹ ਵੀ ਜਿਹੜਾ ਹੈ ਇਹ ਗੁਪਤ ਵਾਲੇ ਲੋਕ ਨੇ ਜਿਨ੍ਹਾਂ ਨੇ ਅਲਟੀਮੇਟਲੀ ਸਿੱਖੀ ਰੂਪ ਚ ਪ੍ਰਗਟ ਹੋਣਾ ਸੋ ਬਹੁਤ ਵਾਰ ਅਸੀਂ ਸ਼ਹੀਦਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਇੱਕ ਵਾਕਿਆ ਸ਼ਹੀਦੀ ਪਹਿਰਾ ਸੁਣਦਾ ਇਨਫੈਕਟ ਬਿਸ਼ੱਕ ਰੋਹਾਨੀ ਦੁਨੀਆ ਚ ਆਪੋ ਆਪਣੇ ਟੰਗ ਦੇ ਨਾਲ ਹਰ ਕੋਈ ਇਸ ਨੂੰ ਸੋਚਦਾ ਹੈ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਈਵਨ ਇਮੋਸ਼ਨਲੀ ਵੀ ਕਿਸੇ ਮਕਾਮ ਤੇ ਜਾ ਕੇ ਖਲੋਂਦੇ ਹੋ ਜੇ ਤੁਸੀਂ ਮਾਛੀਵਾੜੇ ਦੀ ਧਰਤੀ ਤੇ ਜਾ ਕੇ ਖਲੋਵੋਗੇ ਤੇ ਇਕਦਮ ਤੁਹਾਡੀਆਂ ਮੰਨ ਦੀਆਂ ਨਜ਼ਰਾਂ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਉਹ ਜਿਨ੍ਹਾਂ ਨੇ ਉਸ ਖੇਤ ਦੇ ਵਿੱਚ ਉਸ ਨੂੰ ਆਪਣਾ ਪੈਰਾਂ ਚ ਛਾਲੇ ਨੇ ਕੱਪੜੇ ਪਾਟੇ ਹੋਏ ਨੇ ਤੇ ਯਾਰੜੇ ਦਾ ਸਾਨੂੰ 70 ਚੰਗਾ ਪਟਖੇੜਿਆਂ ਦਾ ਰਹਿਣਾ ਇਹ ਉਹ ਗਾਇਨ ਕਰ ਰਹੇ ਤੁਸੀਂ ਉਸ ਉਹਨੂੰ ਫੀਲ ਕਰ ਸਕਦੇ ਹੋ ਇਵੇਂ ਜਦੋਂ ਤੁਸੀਂ ਸ਼ਹੀਦਾਂ ਦੇ ਮੁਕਾਮ ਤੇ ਜਾਂਦੇ ਹੋ ਫਤਿਹਗੜ੍ਹ ਸਾਹਿਬ ਦਾ ਮੁਕਾਮ ਹੈ ਜਾਂ ਚਮਕੌਰ ਦੀ ਗੜੀ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਤੁਸੀਂ ਖੜੋਤੇ ਹੁੰਦੇ ਹੋ ਇਕਦਮ ਤਿੰਨ ਸਦੀਆਂ ਦਾ ਇਤਿਹਾਸ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਸੋ ਮੈਂ ਸਮਝਦਾ ਹਾਂ ਹਾਲਾਂ ਕਿਉਂਕਿ ਗੁਰਦੁਆਰਾ ਸਾਹਿਬ ਕਤਵਾਲੀ ਸਾਹਿਬ ਹੁਣੇ ਹੀ ਬਣਿਆ ਅਸੀਂ ਤਾਂ ਕਾਫੀ عرصਾ ਪਹਿਲਾਂ ਜਿਹੜੇ ਆ ਉਹ ਬੇਵਤਨ ਹੋਏ ਜਲਾ ਵਤਨ ਹੋਏ ਲੇਕਿਨ ਮੈਂ ਇਹ ਮਹਿਸੂਸ ਕਰ ਸਕਦਾ ਕਿ ਕਿਉਂਕਿ ਤੁਸੀਂ ਉਸ ਧਰਤੀ ਦੇ ਉੱਤੇ ਜਦੋਂ ਖਲੋਵੋਗੇ ਜਾਂ ਜਾ ਉਸ ਨੂੰ ਤੁਸੀਂ ਸਾਹਮਣੇ ਦੇਖਦੇ ਹੋ ਕਿ ਭਾਈ ਇੱਥੇ ਸਾਡੇ ਗੁਰੂ ਕੇ ਸਹਬਜ਼ਾਦਿਆਂ ਨੇ ਕਿਸ ਭੁੱਖ ਪਿਆਸ ਦੇ ਵਿੱਚ ਕਿਸੋ ਪੋ ਦੇ ਉਸ ਪਾੜੇ ਦੇ ਵਿੱਚ ਰਾਤ guzारी ਬਿਰਦ ਮਾਤਾ ਮਾਤਾ ਗੁਜਰੀ ਜੀ ਔਰ ਇਹੀ ਜਦੋਂ ਤੁਸੀਂ ਦੂਸਰਾ ਕਿ ਭਾਈ ਅਖੰਡ ਪਾਠ ਚੱਲ ਰਿਹਾ ਹੈ ਨੇ ਇੱਕ ਹਟਾ ਕਟਾ ਬੰਦਾ ਆਉਂਦਾ ਹੈ ਉਹ ਦੋਨੋਂ ਹੀ ਗ੍ਰੰਥੀਆਂ ਦੀ ਮਾਰ ਕਟਾਈ ਕਰਕੇ ਉਹਨਾਂ ਦੀਆਂ ਦਸਤਾਰਾਂ ਲੋਂਦਾ ਹੈ ਫਿਰ ਉਹ ਡੈਲੀਬਰੇਟਲੀ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰਦਾ ਹੈ ਹੁਣ ਇਹ ਇੰਨਾ ਜ਼ਿਆਦਾ ਇੱਕ ਗੁੱਸੇ ਦਾ ਪਰ ਔਰ ਜੇ ਤੁਸੀਂ ਟਾਈਮ ਲਾਈਨ ਦੇਖੋ ਕਿਉਂਕਿ ਫੇਰ ਜਦੋਂ ਇਹ ਐਕਸਪ੍ਰੈਸ ਕੀਤਾ ਜਾ ਰਿਹਾ ਸੀ ਵੀ ਬੰਦਾ ਕੌਣ ਹੈ ਇਹ ਸੌਦਾ ਸਾਧ ਹੈ ਇਹ ਕੋਈ ਉਹਦਾ ਜਿਹੜਾ ਉਹ ਜਲੰਧਰ ਬੈਠਾ ਨੂਰ ਸ਼ੰਕਰ ਆੜਾ ਨੂਰ ਮਹਿਲੀਆ ਉਹਦਾ ਚੇਲਾ ਹੈ ਕੋਈ ਹੋਰ ਹੈ ਨਾਲ ਦੀ ਨਾਲ ਜਦੋਂ ਤੁਸੀਂ ਮੀਡੀਆ ਪਲਾਂਟ ਦੇਖਦੇ ਹੋ ਜੀ ਇਹ ਜੱਟ ਸਿੱਖ ਜਿਹੜਾ ਉਹ ਸਿੱਖ ਪਰਿਵਾਰ ਨਾਲ ਸੰਬੰਧਤ ਫਰਾਣਾ ਢਮਕਾ ਤੋਂ ਮਤਲਬ ਔਰ ਥਰਡਲੀ ਜਿਹੜਾ ਸਪੌਂਟੇਨੀਅਸ ਗੁੱਸਾ ਸੀ ਲੋਕਾਂ ਦਾ ਉਹ ਤਾਂ ਸਮਝਾਣ ਵਾਲਾ ਸੀ ਕਿ ਉਸ ਦੀ ਮਾਰਕੋਟਾਈ ਹੋਈ ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਹੈਲਥੀ ਫਾਰਮ ਦੇ ਵਿੱਚ ਜਦੋਂ ਪੁਲਿਸ ਨੇ ਉਹਨੂੰ ਫੜਿਆ ਇਹ ਨਹੀਂ ਹੈ ਵੀ ਉਹਦੀ ਹੋਸ਼ੋ ਹਵਾਸ਼ ਨਹੀਂ ਸੀ ਉਸ ਤੋਂ ਪਹਿਲਾਂ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਤੋਂ ਬਾਅਦ ਵੀ ਉਹ ਠੀਕ ਆਇਆ ਹੁਣ ਹੁਣ ਜਵੇਂ ਤੁਸੀਂ ਬਿਲਕੁਲ ਠੀਕ ਕਿਹਾ ਜਿਹੜਾ ਵਿਸ਼ਵਾਸ ਵਾਲਾ ਸਾਡਾ ਵੀਰ ਭੈਣਾ ਨੇ ਉਹ ਜ਼ਰੂਰ ਕਹਿਣਗੇ ਦੇਖੋ ਰੱਬ ਨੇ ਸਜ਼ਾ ਦਿੱਤੀ ਉਹਨੇ ਜਿਹੜਾ ਇਹ ਬੇਹਰਮਤੀ ਕੀਤੀ ਔਰ ਦੂਸਰਾ ਦੂਸਰਾ ਪੱਖ ਅਸੀਂ ਜੇ ਐਂਗਰ ਦਾ ਕਰੀਏ ਐਂਗਰ ਕੱਲਾ ਆਮ ਲੋਕਾਂ ਜਾਂ ਸਿੱਖਾਂ ਚ ਨਹੀਂ ਸੀ ਅਸੀਂ ਇਹ ਦੇਖਦੇ ਹਾਂ ਕਿ ਮੋਰਿੰਡਾ ਦੀ ਬਾਰ ਐਸੋਸੀਏਸ਼ਨ ਦਾ ਕੋਈ ਵੀ ਵਕੀਲ ਜਿਹੜਾ ਉਹਦਾ ਕੇਸ ਲੈਣ ਤੋਂ ਨਾ ਕਰ ਦਿੰਦਾ ਕਿ ਨਹੀਂ ਕਰਨਾ ਫੇਰ ਉਹਨਾਂ ਦੀ ਭਾਵੇਂ ਉਹ ਬਾਰ ਐਸੋਸੀਏਸ਼ਨ ਦਾ ਮੈਂਬਰ ਨਹੀਂ ਸੀ ਇੱਕ ਸਿੱਖ ਵਕੀਲ ਜਿਹੜਾ ਰਿਵਾਲਵਰ ਲੈ ਕੇ ਪਹੁੰਚ ਜਾਂਦਾ ਉਸ ਦੇ ਉੱਤੇ ਇਹ ਆਪਣੇ ਆਪ ਚ ਗੱਲਾਂ ਦੱਸਦੀਆਂ ਨੇ ਵੀ ਕਿਵੇਂ ਸਿੱਖਾ ਹੁਣ ਜਿਹੜਾ ਵਕੀਲ ਜਿਨੇ ਸੌ ਕਾਨੂੰਨ ਦੀ ਖਾਦੀ ਹੋਈ ਹੈ ਉਹ ਵੀ ਇਸ ਤੱਤੇ ਪਹੁੰਚਿਆ ਕਿ ਵੀ ਨਹੀਂ ਇਹ ਇੱਕ ਸਾਜ਼ਿਸ਼ ਦਾ ਹਿੱਸਾ ਨੇ ਇਹ ਜਦੋਂ ਤੱਕ ਤੁਸੀਂ ਇਹਨਾਂ ਨੂੰ ਪਨਿਸ਼ ਨਾ ਕੀਤਾ ਇਹਨਾਂ ਨੇ ਹਟਣਾ ਨਹੀਂ ਹੈ ਹਾਲਾਂ ਉਹਦੇ ਮਾਰੇ ਜਾਣ ਤੋਂ ਬਾਅਦ ਵੀ ਹੁਣ ਉੱਥੇ ਸੇਵਕ ਸਭਾ ਤਾਂ ਉਹਨਾਂ ਨੇ ਕੀਤਾ ਹੈ ਕਿ ਜੀ ਕੋਈ ਇਸ ਖਿੱਤੇ ਦਾ ਸ਼ਮਸ਼ਾਨ ਕਾਟ ਉਹਦਾ ਸੰਸਕਾਰ ਨਹੀਂ ਕਰੇਗਾ ਕੋਈ ਉਹਦੇ ਪਾਠ ਰੱਖੇ ਤੇ ਨਹੀਂ ਜਾਏਗਾ ਹੁਣ ਇਹ ਤਾਂ ਇੱਕ ਅਸਪੈਕਟ ਹੈ ਦੂਸਰਾ ਸੀ ਇਹ ਦੇਖਦੇ ਆ ਜਿਵੇਂ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਤੇ 2015 ਤੋਂ ਇਹ ਜਿਹੜਾ ਵਰਤਾਰਾ ਔਰ ਇਕੱਲਾ ਇਹ ਪੈਟਰਨ ਨਹੀਂ ਹੈ ਕਿ ਭਾਈ ਕਿਵੇਂ ਹੁੰਦਾ ਹੁਣ ਇਤਿਹਾਸ ਗੁਰਦੁਆਰਿਆਂ ਨੂੰ ਔਰ ਇਸ ਤੋਂ ਪਹਿਲਾਂ ਜੇ ਤੁਸੀਂ ਪਿਛਲੇ ਪੀਰੀਅਡ ਚ ਦੇਖੋ ਕਿਵੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿਗਰਟ ਪੀ ਕੇ ਬੇਅਦਵੀ ਦਾ ਜਿਹੜਾ ਉਹ ਯਤਨ ਕੀਤਾ ਬੰਦੇ ਨੇ ਅੰਦਰ ਪਹੁੰਚ ਹਾਲਾਂ ਉਹਨੂੰ ਦਬੋਚ ਲਿਆ ਗਿਆ ਪਰ ਉਸ ਤੋਂ ਬਾਅਦ ਕਦੇ ਸਾਹਮਣੇ ਨਹੀਂ ਆਇਆ ਵੀ ਉਹ ਬੰਦਾ ਕੌਣ ਸੀ ਉਹਦੀ ਆਈਡੈਂਟੀਟੀ ਕੀ ਸੀ ਉਹਨੂੰ ਕੀ ਸਜ਼ਾ ਦਿੱਤੀ ਕੀ ਹੋਇਆ ਜੀ ਹੁਣ ਇਸ ਇਹਦਾ ਜਸਵੀਰ ਸਿੰਘ ਦਾ ਐਲੀਮੀਨੇਟ ਹੋਣਾ ਮੈਂ ਸਮਝਦਾ ਵੀ ਇੱਕ ਪਾਸੇ ਵਿਸ਼ਵਾਸ ਵਾਲਿਆਂ ਦੇ ਲਈ ਸਜ਼ਾ ਹੈ ਕਿ ਰੱਬ ਨੇ ਸਜ਼ਾ ਦਿੱਤੀ ਮੈਂ ਸਮਝਦਾ ਵੀ ਇਹਨਾਂ ਦੇ ਬਿਹਾਈਂਡ ਉਹੀ ਏਜੰਸੀ ਜਿਹੜੀ ਡੈਲੀਬਰੇਟਲੀ ਕਿਉਂਕਿ ਇੱਕ ਪਾਸੇ ਸਾਨੂੰ ਜੋ ਹਕੂਮਤ ਕਰ ਰਹੀ ਹੈ ਉਸ ਤੋਂ ਪਾਸੇ ਲਿਜਾ ਕੇ ਕਿਸ ਹੋਰ ਪਾਸੇ ਉਲਝਾਣਾ ਤੇ ਦੂਸਰਾ ਪਾਸਾ ਆਲਟੀਮੇਟਲੀ ਇੱਕ ਸਟੇਜ ਆ ਜਾਂਦੀ ਹੈ ਕਿ ਇੰਨਾ ਕੁਝ ਵਾਪਰਨ ਲੱਗ ਜਾਂਦਾ ਹੈ ਕਿ ਤੁਹਾਡਾ ਸੈਂਸ ਤੁਸੀਂ ਡੀਸੈਂਸਟਾਈਜ਼ ਹੋ ਜਾਂਦੇ ਹੋ ਤੇ ਭਾਈ ਫਿਰ ਉਹ ਰਿਐਕਸ਼ਨ ਵੀ ਹੋਣਾ ਬੰਦ ਹੋ ਜਾਂਦਾ ਔਰ ਕਿਤੇ ਨਾ ਕਿਤੇ ਉਹ ਜਿਹੜਾ ਪੰਥ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਭਰੋਸਾ ਯਕੀਨ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਉਸ ਨੂੰ ਸੱਟ ਮਾਰਨ ਦੀ ਕੋਸ਼ਿਸ਼ ਹੈ ਸੋ ਅਸੀਂ ਸਮਝਦੇ ਹਾਂ ਕਿ ਤੱਤ ਕਦੇ ਵੀ ਸਾਹਮਣੇ ਨਹੀਂ ਆਏਗਾ ਜਿਨ੍ਹਾਂ ਮਾਮਲਿਆਂ 'ਚ ਤੱਤ ਸਾਹਮਣੇ ਆਏ ਨੇ ਜੇ ਅਸੀਂ ਸੌਦਾ ਸਾਧ ਦਾ ਮਾਮਲਾ ਜਦੋਂ ਅਸੀਂ 6 ਜੂਨ ਨੂੰ ਦੇਖਦੇ ਹਾਂ 1 ਜੂਨ ਜਾਂ 6 ਜੂਨ ਤੱਕ ਬੁਰਜ ਜਵਾਰ ਸਿੰਘ ਵਾਲਾ ਚੋਂ 2015 ਚ ਮਹਾਰਾਜ ਦੇ ਸਰੂਪ ਗਾਇਬ ਹੁੰਦੇ ਨੇ ਬਰਗਾੜੀ ਦੀਆਂ ਗੜੀਆਂ ਸੜਕਾਂ 'ਚ ਖਿਲਾਰੇ ਜਾਂਦੇ ਨੇ ਇਹ ਆਪਣੇ ਆਪ ਚ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦਾ ਵੱਡਾ ਸੀ ਬਾਈਬਲ ਕਲਾ ਔਰ ਕੋਟਕਪੂਰਾ ਦੇ ਵਕਰੇ ਕੇਸ ਨੇ ਉਹ ਤੋਂ ਗੋਲੀ ਕਾਂਡ ਨੇ ਲੇਕਿਨ ਇਹਦੇ باوجود ਕਿ ਸਬੂਤ ਸਾਹਮਣੇ ਆਏ ਇਹਦੇ باوجود ਕਿ ਉਹਨਾਂ ਨੇ ਸੌਦਾ ਸਾਧ ਵਾਲਿਆਂ ਨੇ ਇਸ਼ਤਿਹਾਰ ਲਾਏ ਪ੍ਰੋਪਰਲੀ ਲੇਕਿਨ ਕੌਣ ਸੀ ਜਿਨੇ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਜੀ ਜਿਹਨੇ ਨੋਟਿਸ ਨਹੀਂ ਲਿਆ ਕਿ ਜੂਨ ਤੋਂ ਬਾਅਦ ਅਕਤੂਬਰ ਚ 14 ਅਕਤੂਬਰ ਨੂੰ ਜਿਹੜਾ ਉਹ ਬਰਗਾੜੀ ਦੇ ਵਿੱਚ ਬੇਦਬੀ ਹੁੰਦੀ ਹੈ ਔਰ ਉਸ ਤੋਂ ਬਾਅਦ ਕਿੰਨੇ ਵਾਕਿਆਤ ਕਿੰਨੇ ਤਾਂ ਵਿੱਚ ਐਸੇ ਐਲੀਮੀਨੇਟ ਕਰਤੇ ਜੀ ਸ਼ਾਰਟ ਸਰਕਟ ਉਹਨ ਕੋਈ ਸ਼ੋਰ ਸਰਕਟ ਮੰਦਰ ਚ ਨਹੀਂ ਹੋਇਆ ਕੋਈ ਕਿਸੇ ਚਰਚ ਦੇ ਵਿੱਚ ਨਹੀਂ ਹੋਇਆ ਜਿਹੜਾ ਸਾਰਾ ਲੈਂਡਸਕੇਪ ਬਣਾਇਆ ਹੋਇਆ ਸੋ ਅਸੀਂ ਸਮਝਦੇ ਹਾਂ ਵੀ ਦੀ ਹਕੀਕਤ ਕਦੇ ਵੀ ਸਾਹਮਣੇ ਨਹੀਂ ਆਏਗੀ ਔਰ ਇੱਕ ਤੋਂ ਬਾਅਦ ਇੱਕ ਇਨਸੀਡੈਂਟ ਇਹ ਉਸ ਜਿਹੜੀ ਗ੍ਰੰਥ ਔਰ ਪੰਥ ਦੋਨਾਂ ਦੇ ਖਿਲਾਫ ਜੋ ਇੰਡੀਅਨ ਏਜੰਸੀਆਂ ਦੀ ਵਾਰਫੇਅਰ ਜਿਹੜੀ ਉਹਨਾਂ ਨੇ 47 ਤੋਂ ਸ਼ੁਰੂ ਕਰ ਲਈ ਸੀ ਪਹਿਲਾਂ ਉਹਨਾਂ ਨੇ ਦੇ ਤਾਰੀ ਗੁਰੂ ਟਮ ਖੜਾ ਕੀਤਾ ਸੀ ਆ ਨਰਕ ਤਾਰੀ ਰਾਜਾ ਸੁਆਮੀ ਇਹਨਾਂ ਸਾਰਿਆਂ ਕੋਲ ਡਿਪਲੋਮੈਟਿਕ ਪਾਸਪੋਰਟ ਸੀ ਉਹਦੇ ਤੇ ਬਾਹਰ ਜਾਂਦੇ ਸੀ ਸੋ ਇਹ ਵੀ ਮੈਂ ਸਮਝਦਾ ਐ ਵੀ ਇੱਕ ਜਿਹੜਾ ਕਿਸੇ ਸਟੇਜ ਦੇ ਉੱਤੇ ਬ੍ਰੇਕਡਾਊਨ ਹੋ ਸਕਦਾ ਸੀ ਉਹਨੇ ਕਿਦੇ ਕਹਿਣ ਤੇ ਕੀਤਾ ਕੀ ਲਾਲਚ ਦਿੱਤਾ ਗਿਆ ਮਾਮੂਲੀ ਜਿਹਾ ਕੋਈ ਇਲੈਕਟ੍ਰੀਸ਼ੀਅਨ ਸੀ ਪਰ ਬਹੁਤ ਵਾਰ ਜਦੋਂ ਬੰਦੇ ਗਰੀਬੀ ਦੇ ਵਿੱਚ ਜਾਂ ਆਦਰਵਾਇਜ਼ ਤੰਗ ਦਸਤੀਆਂ ਵਿੱਚ ਹੁੰਦੇ ਨੇ